ਇਹਨਾਂ ਉਹ ਪਲਾਨ ਕਰ ਰਹੇ ਨੇ ਕਿ ਝੂਠੀਆਂ ਗਵਾਹੀਆਂ ਦਵਾਉਣੀਆਂ ਨੇ, ਫੇਕ ਬਣਾ ਕੇ ਮਰਿਆ ਬੰਦੇ ਦੀ ਗਵਾਹੀਆਂ ਦਵਾਉਣੀਆਂ ਨੇ। ਆਪਾਂ ਤੁਹਾਨੂੰ ਫਿਲਮ 'ਚ ਵੀ ਰੋਲ ਦਵਾਵਾਂਗੇ ਅਤੇ ਤੁਹਾਨੂੰ ਬੰਬੇ ਵੀ ਖੜਾਂਗੇ ਅਤੇ ਤੁਹਾਡੀਆਂ ਹੋਰ ਵੀ ਸੁੱਖ ਸਹੂਲਤਾਂ ਜਿਹੜੀਆਂ ਪੂਰੀਆਂ ਕਰਾਂਗੇ। ਕੰਮ ਇਹ ਸੀਗੀ, ਮਤਲਬ ਜੋ ਅੱਜ ਤੋਂ 2-3 ਸਾਲ ਪਹਿਲਾਂ, 4-5 ਸਾਲ ਪਹਿਲਾਂ ਬੰਦੇ ਮਰੇ ਨੇ ਜਿਹਨਾਂ ਦੀ ਡੈਥ ਹੋ ਗਈ ਆ, ਅੱਛਾ 2-3 ਸਾਲ ਪਹਿਲਾਂ, ਉਹਨਾਂ ਦੇ ਜੋ ਮੈਡੀਕਲ ਰਿਪੋਰਟਾਂ ਨੇ ਉਹ ਲੈਣੀਆਂ। ਮੈਡੀਕਲ ਰਿਪੋਰਟਾਂ ਲੈ ਕੇ ਉਹਨਾਂ ਮੈਡੀਕਲ ਰਿਪੋਰਟਾਂ ਨੂੰ ਇਕੱਠੀਆਂ ਕਰਕੇ ਵੱਖੋ ਵੱਖ ਏਰੀਏ ਦੀਆਂ ਮੈਡੀਕਲ ਰਿਪੋਰਟਾਂ ਹੋਣ, 4 ਹੋਣ 5 ਹੋਣ ਬੰਦੇ, ਤੇ ਉਹਨਾਂ ਦੇ ਜੋ ਆਧਾਰ ਕਾਰਡ ਲੈ, ਮਤਲਬ ਬਾਹਰੋਂ ਐਡਿਟ ਕਰਾ ਕੇ ਕਿਤੇ, ਉਹ ਵੀ ਕਹਿੰਦੇ ਸੀ ਆਪਾਂ ਕਰ ਲਾਂਗੇ। ਮੁੜ ਕੇ ਫਿਰ ਕਿਸੇ ਜੀਂਦੇ ਇਨਸਾਨ ਦਾ ਆਧਾਰ ਕਾਰਡ ਬਣਾ ਦੇਣਾ, ਪੇਅਰ ਰਿਪੋਰਟਾਂ ਜਿਹੜੀਆਂ ਮੈਡੀਕਲ ਨੇ ਇਹਦੀਆਂ ਨੇ, ਅੱਛਾ ਉਸ ਬੰਦੇ ਦੀ ਜਾਪੂਵਾਲ ਬ੍ਰਾਂਚ ਦੇ ਵਿੱਚ ਗਵਾਹੀ ਕਰਾਉਣੀ ਸੀ ਕਿ ਇਸ ਬੰਦੇ ਨੂੰ ਆਹ ਬੜੀ ਭਿਆਨਕ ਪ੍ਰੋਬਲਮ ਸੀ, ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਉਹ ਮਰਿਆ ਬੰਦਿਆਂ ਨੂੰ ਜੀਂਦਿਆਂ ਬੰਦਿਆਂ 'ਚ ਜੀਂਦੇ ਬੰਦੇ ਸਾਬਤ ਕਰਕੇ ਚਰਚ 'ਚ ਗਵਾਹੀ ਦਵਾਉਣੀ ਸੀ, ਫਿਰ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਕੋਲੋਂ ਥੋੜ੍ਹੀ ਦਿਨ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਾਉਣੀ ਸੀ। ਰੀਅਲ ਸਰ ਦੇਖੋ, ਮੈਨੂੰ ਕਿਸੇ ਦਾ ਡਰ ਨਹੀਂ, ਮੈਂ ਡਰਦਾ ਨਹੀਂ, ਮੈਂ ਸਾਫ਼ ਸਾਫ਼ ਸਿੱਧੇ ਸ਼ਬਦਾਂ 'ਚ ਕਹਿੰਦਾ ਕਿ ਉਹ ਪਾਸਟਰ ਬਲਜਿੰਦਰ ਦੇ ਬੰਦੇ ਸੀ। ਨਾ ਤਾਂ ਮੈਂ ਪਾਸਟਰ ਦਰੋਣਾ ਮਿਨਿਸਟਰੀ ਦੇ ਬੰਦਿਆਂ ਤੋਂ ਡਰਦਾ ਅਤੇ ਨਾ ਤਾਂ ਮੈਂ ਪਾਸਟਰ ਬਲਜਿੰਦਰ ਮਿਨਿਸਟਰੀ ਦੇ ਬੰਦਿਆਂ ਤੋਂ ਡਰਦਾ, ਮੈਨੂੰ ਇਹਨਾਂ ਦਾ ਕੋਈ ਡਰ। ਮੈਨੂੰ ਦਿਮਾਗ ਮੇਰੇ ਗੱਲ ਆ ਗਈ ਕਿ ਸਨੀ, ਜੇ ਤੂੰ ਉਹ ਪੈਸੇ ਫੜ ਲੈਂਦਾ ਤਾਂ ਹੋ ਸਕਦਾ ਕਿ ਤੂੰ ਕਦੀ ਵੀ ਖੁਦਾ ਦੇ ਵੱਲੋਂ ਮਾਫ਼ ਨਾ ਕੀਤਾ ਜਾਂਦਾ। ਕ੍ਰਿਸਮਸ ਤੋਂ ਲੈ ਕੇ ਅੱਜ 8 ਜਨਵਰੀ 2024 ਹੋ ਚੁੱਕਿਆ ਹੈ ਤੇ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ। ਪ੍ਰੋਫਿਟ ਬਲਜਿੰਦਰ ਸਿੰਘ ਜੀ ਨੂੰ ਲੈ ਕੇ ਤਾਂ ਪਾਸਟਰ ਅੰਕੁਰੂਲਾ ਜੀ ਨੂੰ ਲੈ ਕੇ, ਇਹਦੇ ਵਿੱਚ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਪਾਸਟਰ ਜੌਨ ਇਕਬਾਲ ਜੀ ਨੇ ਇਸ ਵਿਵਾਦ ਨੂੰ ਸ਼ਾਂਤ ਕਰਨ ਦੀ, ਪਰ ਅੱਜ ਦੀ ਤਰੀਕ 'ਚ ਖੁਦ ਹੀ ਵਿਵਾਦ ਬਣ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਉੱਤੇ ਧਾਵਾ ਬੋਲਤਾ ਹੈ। ਅੱਜ ਉਹਨਾਂ ਦੇ ਪੋਸਟਰ ਪਾੜੇ ਜਾ ਰਹੇ ਨੇ, ਉਹਨਾਂ ਦੇ ਪੁਤਲੇ ਜਲਾਏ ਜਾ ਰਹੇ ਨੇ, ਜਦੋਂ ਉਹ ਖੁਦ ਜਵਾਬ ਮੰਗ ਰਹੇ ਨੇ ਕਿ ਮੈਂ ਗਲਤੀ ਕੀ ਕੀਤੀ ਜੇ ਮੈਂ ਸੱਚ ਕਹਿ ਦਿੱਤਾ, ਮੈਂ ਗਲਤੀ ਕੀ ਕੀਤੀ ਜੇ ਮੈਂ ਝੂਠੇ ਨੂੰ ਝੂਠਾ ਕਹਿ ਦਿੱਤਾ। ਕਈ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਉਹਦੇ ਵਿੱਚ ਇੱਕ ਭਰਾ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹਦਾ ਨਾਮ ਹੈ ਸਨੀ ਮਸੀਹ ਬੱਬਰੀ। ਉਹਨਾਂ ਦੀ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਬਾਰੇ ਗੱਲ ਪਾਸਟਰ ਜੌਨ ਇਕਬਾਲ ਜੀ ਵੀ ਕਰਦੇ ਨੇ, ਤਾਂ ਬਾਅਦ ਦੇ ਵਿੱਚ ਉਹ ਵੀਰ ਆਪਣੀ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਪੋਸਟ ਕਰਦੇ ਨੇ ਜਿਹਦੇ ਵਿੱਚ ਉਹ ਕਈ ਸਾਰੇ ਖੁਲਾਸੇ ਕਰਦੇ ਨੇ ਕਿ ਮੈਨੂੰ ਕੁਝ ਪੈਸੇ ਦਿੱਤੇ ਗਏ ਕਿਸੇ ਇੱਕ ਪਾਰਟੀਕੁਲਰ ਮਿਨਿਸਟਰੀ ਦੇ ਦੁਆਰਾ ਇੱਕ ਪਾਰਟੀਕੁਲਰ ਮਿਨਿਸਟਰੀ ਨੂੰ ਬਦਨਾਮ ਕਰਨ ਲਈ। ਦੱਸੋ ਹੁਣ ਮੈਨੂੰ ਸਾਰੀ ਗੱਲਬਾਤ ਕਿ ਕਿਹਨਾਂ ਨੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਸਾਰਾ ਪਲਾਨ ਸੀ, ਤੇ ਪੈਸਿਆਂ ਦੀ ਵੀ ਕੋਈ ਗੱਲਬਾਤ ਚੱਲ ਰਹੀ ਹੈ ਆਡੀਓ ਦੇ ਵਿੱਚ? ਜੀ ਦੱਸੋ ਮੈਨੂੰ। ਦੇਖੋ, ਅਸੀਂ ਤੇ ਪਵਿੱਤਰ ਬਾਈਬਲ ਚੋਂ, ਪਵਿੱਤਰ ਬਾਈਬਲ ਦੀ ਵਿਚਾਰਧਾਰਾ ਚੋਂ ਬਹੁਤ ਕੁਝ ਸਿੱਖਿਆ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਖੋ। ਜੀ, ਜੋ ਸਹੀ ਆ ਉਸ ਨੂੰ ਅਸੀਂ ਸਹੀ ਆਖਦੇ ਹਾਂ, ਜੋ ਗਲਤ ਆ ਉਸ ਨੂੰ ਅਸੀਂ ਗਲਤ ਆਖਦੇ ਹਾਂ। ਕੁਛ ਦਿਨ ਪਹਿਲਾਂ ਮੇਰੇ ਕੋਲ ਕੁਛ ਬੰਦੇ ਆਏ, ਕੁਛ ਮੇਰੇ ਜਾਣਕਾਰ ਸੀ ਜਿਹਨਾਂ ਨਾਲ ਮੇਰੀ ਜਾਣ ਪਛਾਣ ਸੀ, ਤੇ ਕੁਛ ਲੋਕਾਂ ਨੂੰ ਮੈਂ ਨਹੀਂ ਸੀ ਜਾਣਦਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਮੇਰੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਆ। ਇਹ ਬਹੁਤ ਪੁਰਾਣੀ ਗੱਲ ਹੈ, ਕਦੋਂ ਦੀ ਗੱਲ ਹੈ ਇਹ? ਕੁਝ 4-5 ਦਿਨ ਹੋ ਗਏ ਨੇ। 5 ਦਿਨ ਹੋ ਗਏ, 5 ਦਿਨ ਹੋ ਗਏ ਨੇ, ਮਤਲਬ ਕ੍ਰਿਸਮਸ ਤੋਂ ਬਾਅਦ ਦੇ ਵਿਵਾਦ ਦੀ ਗੱਲ ਹੈ ਸਾਰੀ? ਜੀ 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 ਹਾਂਜੀ ਹਾਂਜੀ। ਅੱਛਾ, ਕੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ? ਗੱਲਬਾਤ ਹੁੰਦੀ ਪਹਿਲਾਂ ਇਦਾਂ ਹੀ, ਹੈਲੋ ਬਾਈ ਚੱਲਦਾ ਜੀ, ਮੁੜ ਕੇ ਹੌਲੀ ਹੌਲੀ ਚੱਲਦਾ, ਕੀ ਕਾਰੋਬਾਰ ਕਰਦੇ ਹੋ, ਕਿੱਥੇ ਜਾਣਾ ਵਾ, ਕੀ ਕਰਨਾ ਵਾ, ਕੀ ਨਹੀਂ, ਹਨਾ, ਬਹੁਤ ਸਾਰੀਆਂ ਜਿਸ ਤਰ੍ਹਾਂ ਆਮ ਨੋਰਮਲ ਗੱਲਾਂ ਹੁੰਦੀਆਂ ਨੇ ਜੀ। ਉਸ ਤੋਂ ਬਾਅਦ ਫਿਰ ਉਹ ਸਿੱਧਾ ਹੀ ਪੁਆਇੰਟ ਤੇ ਆਏਗੀ, ਅਸੀਂ ਜਾਣਾ ਵਾ, ਥੋੜਾ ਟਾਈਮ ਘੱਟ ਆ, ਤੇ ਸਿੱਧੀ ਕਲੀਅਰ ਗੱਲ ਕਰ ਲਈ। ਜੋ ਮੇਰੇ ਜਾਣਕਾਰ ਸੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਆਪਾਂ ਤੁਹਾਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਹਾਂ ਜੀ,
ਜ਼ਿੰਮੇਵਾਰੀ ਮੈਂ ਕਿਹਾ ਜੀ ਦੱਸੋ ਜ਼ਿੰਮੇਵਾਰੀ ਕਿਹੜੀ ਆ ਤੇ ਉਹ ਕਹਿੰਦੇ ਜੀ ਆਪਾਂ ਸਿੱਧਾ ਸਿੱਧਾ ਸਾਫ਼ ਸਾਫ਼ ਹੀ ਉਹਨਾਂ ਨੇ ਆਖੀ ਇਹ ਗੱਲ ਮੈਂ ਇਸ ਗੱਲ ਨੂੰ ਕਲੀਅਰ ਹੀ ਕਰ ਦਿੰਦਾ ਵੀ ਆਪਾਂ ਤੁਹਾਨੂੰ ਫਿਲਮ 'ਚ ਵੀ ਰੋਲ ਦਵਾਵਾਂਗੇ ਤੇ ਤੁਹਾਨੂੰ ਬੰਬੇ ਵੀ ਖੜਾਂਗੇ ਤੇ ਤੁਹਾਡੀਆਂ ਹੋਰ ਵੀ ਸੁੱਖ ਸਹੂਲਤਾਂ ਜਿਹੜੀਆਂ ਪੂਰੀਆਂ ਕਰਾਂਗੇ। ਮੈਂ ਕਿਹਾ ਜੀ ਵਜ੍ਹਾ ਤੇ ਗੱਲ ਤੇ ਦੱਸੋ। ਫਿਰ ਉਹਨਾਂ ਨੇ ਪਲਾਨ ਦੱਸਿਆ ਆਪਣਾ। ਪਲਾਨ ਉਹਨਾਂ ਦਾ ਇਹ ਸੀ ਕਿ ਇੱਕ ਆਪਣੇ ਪਸਟਰ ਨਰੋਲਾ ਜੀ ਮਿਨਿਸਟਰੀ ਆ ਉਹਨਾਂ ਦੇ ਇੱਥੇ ਬ੍ਰਾਂਚ ਹੈ ਜਾਪੂ ਧਾਰੀ ਵਾਲ ਸਾਡੇ ਪਿੰਡ ਦੇ ਨੇੜੇ ਹੀ ਆ। ਮੈਂ ਕਦੀ ਨੀ ਗਿਆ ਉਸ ਬ੍ਰਾਂਚ ਦੇ ਵਿੱਚ। ਮੇਰੇ ਖਿਆਲ ਗੁਰਦਾਸਪੁਰ ਵਾਲੀ ਗੁਰਦਾਸਪੁਰ ਵਾਲੀ ਬ੍ਰਾਂਚ ਆ। ਮੇਰਾ ਪਸਟਰ ਨਰੋਲਾ ਮਿਨਿਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਤੁਹਾਡੀ ਫੇਸਬੁੱਕ ਦੇਖਦਾ ਤੁਸੀਂ ਬਹੁਤਾ ਪਸੰਦ ਵੀ ਨਹੀਂ ਕਰਦੇ। ਅਸੀਂ ਹਾਂਜੀ ਨਹੀਂ ਕਰਦੇ ਜੀ, ਪਸੰਦ ਵੀ ਨਹੀਂ ਕਰਦੇ ਤੇ ਆਪਾਂ ਕੋਈ ਗਏ ਵੀ ਨਹੀਂ ਕਦੀ, ਚਰਚ ਵੀ ਨਹੀਂ ਗਿਆ। ਅੱਛਾ, ਪਰ ਉਹਨਾਂ ਦੀ ਦੂਸਰੀ ਪਾਰਟੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਕਹਿੰਦੇ ਕਿ ਤੁਸੀਂ ਕਰ ਸਕਦੇ ਹੋ ਕੰਮ ਤੇ ਤੁਹਾਨੂੰ ਜ਼ਿੰਮੇਵਾਰੀ ਦੇਣੀ। ਆਪਾਂ ਕੀ ਸੀਗਾ ਕੰਮ ਇਹ ਸੀਗੀ, ਮਤਲਬ ਜੋ ਅੱਜ ਤੋਂ 2-3 ਸਾਲ ਪਹਿਲਾਂ, 4-5 ਸਾਲ ਪਹਿਲਾਂ ਬੰਦੇ ਮਰੇ ਨੇ ਜਿਹਨਾਂ ਦੀ ਡੈਥ ਹੋ ਗਈ ਆ। ਅੱਛਾ, 2-3 ਸਾਲ ਪਹਿਲਾਂ ਉਹਨਾਂ ਦੇ ਜੋ ਮੈਡੀਕਲ ਰਿਪੋਰਟਾਂ ਨੇ ਉਹ ਲੈਣੀਆਂ। ਮੈਡੀਕਲ ਰਿਪੋਰਟਾਂ ਲੈ ਕੇ ਉਹਨਾਂ ਮੈਡੀਕਲ ਰਿਪੋਰਟਾਂ ਨੂੰ ਇਕੱਠਿਆਂ ਕਰਕੇ ਵੱਖੋ ਵੱਖ ਏਰੀਏ ਦੀਆਂ ਮੈਡੀਕਲ ਰਿਪੋਰਟਾਂ ਹੋਣ, 4 ਹੋਣ, 5 ਹੋਣ ਬੰਦੇ, ਤੇ ਉਹਨਾਂ ਦੇ ਜੋ ਆਧਾਰ ਕਾਰਡ ਲੈ ਮਤਲਬ ਬਾਹਰੋਂ ਐਡਿਟ ਕਰਾ ਕੇ ਕਿਤੇ ਉਹ ਵੀ ਕਹਿੰਦੇ ਸੀ ਆਪਾਂ ਕਰ ਲਾਂਗੇ। ਮੁੜ ਕੇ ਫਿਰ ਕਿਸੇ ਜੀਂਦੇ ਇਨਸਾਨ ਦਾ ਆਧਾਰ ਕਾਰਡ ਬਣਾ ਦੇਣਾ, ਇਹ ਰਿਪੋਰਟਾਂ ਜਿਹੜੀਆਂ ਮੈਡੀਕਲ ਨੇ ਇਹਦੀਆਂ ਨੇ। ਅੱਛਾ, ਉਸ ਬੰਦੇ ਦੀ ਜਾਪੂਵਾਲ ਬ੍ਰਾਂਚ ਦੇ ਵਿੱਚ ਗਵਾਹੀ ਕਰਾਉਣੀ ਸੀ ਕਿ ਇਸ ਬੰਦੇ ਨੂੰ ਆਹ ਬੜੀ ਭਿਆਨਕ ਪ੍ਰੋਬਲਮ ਸੀ, ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਵਜ੍ਹਾ ਕੀ ਆ, ਇਹਦਾ ਮਸੀਹਤ ਤੇ ਕੀ ਇਫੈਕਟ ਪਏਗਾ, ਭਾਈਚਾਰੇ ਤੇ ਕੀ ਪਏਗਾ, ਸਮਾਜ ਦੇ ਵਿੱਚ ਕੀ ਪਏਗਾ। ਉਹਨਾਂ ਦਾ ਜਦੋਂ ਮੈਂ ਪਲਾਨ ਸੁਣਿਆ, ਉਹ ਪਲਾਨ ਬਹੁਤ ਡੇਂਜਰਸ ਸੀ। ਉਹ ਮਰਿਆ ਬੰਦਿਆਂ ਨੂੰ ਜੀਂਦਿਆਂ ਬੰਦਿਆਂ ਚ ਜੀਂਦੇ ਬੰਦੇ ਸਾਬਤ ਕਰਕੇ ਚਰਚ ਚ ਗਵਾਹੀ ਦਵਾਉਣੀ ਸੀ, ਫਿਰ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਕੋਲੋਂ ਥੋੜੀ ਦਿਨ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਾਉਣੀ ਸੀ। ਗਵਾਹੀ ਕਿਹੜੀ ਚਰਚ ਦਵਾਉਣੀ ਸੀ? ਗਵਾਹੀ ਦਵਾਉਣੀ ਸੀ ਕਿ ਅਸੀਂ ਚੰਗੇ ਹੋ ਗਏ ਹਾਂ। ਅਸੀਂ ਕਿਹੜੀ ਕਿਹੜੀ ਚਰਚ ਦਵਾਉਣੀ ਸੀ? ਇੱਥੇ ਜਾਪੂ ਧਾਰੀ ਆ ਅੰਕੁਰ ਦੀ ਚਰਚ ਵਿੱਚ, ਪਾਸਟਰ ਅੰਕੁਰ ਨਰੂਲਾ ਦੀ ਚਰਚ ਚ। ਅੱਛਾ ਜੀ, ਜਾਪੂ ਧਾਰੀ ਆ। ਅੱਛਾ, ਮੈਨੂੰ ਮੇਨ ਇਸੇ ਬ੍ਰਾਂਚ ਦੇ ਬਾਰੇ ਕਿਹਾ ਗਿਆ ਸੀ। ਅੱਛਾ, ਕਿ ਇਹ ਬ੍ਰਾਂਚ ਦੇ ਵਿੱਚ ਗਵਾਹੀ ਦਵਾਉਣੀ ਆ? ਹਾਂ, ਮੈਨੂੰ ਹੋਰ ਕਿਸੇ ਬ੍ਰਾਂਚ ਬਾਰੇ ਨਹੀਂ ਸੀ ਕਿਹਾ ਗਿਆ, ਮੈਨੂੰ ਇਸੇ ਬ੍ਰਾਂਚ ਬਾਰੇ ਕਿਹਾ ਗਿਆ ਸੀ ਕਿ ਇਸ ਬ੍ਰਾਂਚ ਲਈ ਤੂੰ ਬੰਦੇ ਟ੍ਰੇਨ ਕਰ ਦੇ। ਮੈਨੂੰ ਉਹਨਾਂ ਇਸ ਕਰਕੇ ਚੁਣਿਆ ਸੀ ਕਿ ਮੈਂ ਫੇਸਬੁੱਕ ਤੇ ਸਭ ਤੋਂ ਵੱਧ ਖਿਲਾਫ ਲਿਖਦਾ ਸੀ ਕੁਝ 5-7 ਸਾਲ ਤੋਂ। ਇਹ ਪੁੱਛਣ ਲੱਗਾ ਹੈਗਾ ਕਿ ਪੂਰਾ ਪੰਜਾਬ ਛੱਡ ਕੇ ਤੁਸੀਂ ਕਿਉਂ ਲੱਭੇ ਉਹਨਾਂ ਨੂੰ? ਮੈਂ ਲਿਖਦਾ ਸੀ, ਖਿਲਾਫ ਲਿਖਦਾ ਸੀ ਉਹਨਾਂ ਦੇ। ਅੱਛਾ, ਜਦੋਂ 2019 ਚ ਇਲੈਕਸ਼ਨ ਸੀ ਤੇ ਫੈਰਸ ਨੇ ਤੇ ਜਤਿੰਦਰ ਗੌਰਵ ਜੀ ਨੇ ਜਲੰਧਰ ਤੋਂ ਆਣ ਕੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੋ ਕਾਂਗਰਸ ਆ ਉਹ ਇਜ਼ਰਾਈਲੀ ਆ ਤੇ ਜੋ ਵਿਰੋਧੀ ਧਿਰ ਆ ਉਹ ਫਰਾਉਨ ਆ। ਪਈ ਤੁਹਾਡੀ ਫੇਸਬੁੱਕ ਤੇ ਵੀਡੀਓ? ਜੀ ਜੀ ਹੈਗੀ ਮੇਰੇ ਕੋਲ। ਅੱਛਾ, ਸਭ ਕੁਝ ਹੈਗਾ, ਤੁਹਾਨੂੰ ਦੇ ਦਾਂਗੇ ਜੀ। ਉਹ ਚੀਜ਼ ਹੈਗੀ ਸੀ, ਉਹ ਚੀਜ਼ਾਂ ਨੂੰ ਲੈ ਕੇ ਉਹ ਮੈਂ, ਮੇਰੀ ਪਸਟਰ ਨਰੂਲੇ ਜੀ ਨਾਲ ਕੋਈ ਚਰਚ ਦੀ ਲੜਾਈ ਨਹੀਂ ਸੀ, ਚਰਚ ਦੇ ਖਿਲਾਫ਼ ਨਹੀਂ ਸੀ ਲਿਖਦਾ, ਮੇਰੀ ਕੋਈ ਜ਼ਰੂਰਤ ਨਹੀਂ ਕਿ ਮੈਂ ਚਰਚ ਦੇ ਖਿਲਾਫ਼ ਲਿਖਾਂ। ਮੈਂ ਉਸ ਚੀਜ਼ ਦੇ ਖਿਲਾਫ਼ ਲਿਖਦਾ ਸੀ ਕਿ ਧਰਮ ਤੇ ਰਾਜਨੀਤੀ ਕਦੀ ਇਕੱਠੇ ਨਹੀਂ ਚੱਲ ਸਕਦੀ। ਇਹ ਜਿਹੜੀ ਦੂਸਰੀ ਪਾਰਟੀ ਆ, ਇਹਨਾਂ ਸੋਚਿਆ ਕਿ ਸ਼ਾਇਦ ਹਰੇ ਕਿ ਇਹ ਉਹਨਾਂ ਦਾ ਦੁਸ਼ਮਣ ਹੀ ਆ, ਸਾਡੇ ਗੱਲਾਂ ਦੇ ਮਤਭੇਦ ਹੋ ਸਕਦੇ ਨੇ, ਕਈ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ, ਪਰ ਮਸੀਹਤ ਦੇ ਨਾਲ ਸਾਡਾ ਪਿਆਰ ਓਨਾ ਹੀ ਆ ਜਿੰਨਾ ਉਹਨਾਂ ਦਾ। ਅੱਛਾ ਜੀ, ਉਸ ਤੋਂ ਬਾਅਦ ਤੁਸੀਂ ਉਹਨਾਂ ਬੰਦਿਆਂ ਨੂੰ ਹਾਮੀ ਭਰਤੀ? ਉਹਨਾਂ ਬੰਦਿਆਂ ਨੂੰ ਮੈਂ ਹਾਮੀ ਭਰ ਦਿੱਤੀ। ਅੱਛਾ, ਤੁਸੀਂ ਹਾਂ ਕਰਤੀ? ਹਾਂ ਕਰਤੀ ਮੈਂ। ਉਹ ਮੈਨੂੰ ਪੈਸੇ ਦੇਣ, ਕੈਸ਼ ਪਤਾ ਨਹੀਂ ਕਿੰਨਾ ਸੀ, 50,000 ਸੀ, ਲੱਖ ਸੀ, 20,000 ਸੀ, ਪਤਾ ਨਹੀਂ, ਦਿੰਦੇ ਪਏ ਸੀ ਕਿ ਤੁਸੀਂ ਬੰਦੇ।
ਇੱਕ ਤੇ ਉਹਨਾਂ ਦੀ ਮਿਨਿਸਟਰੀ ਦਾ ਸੀ ਜਸਪਾਲ ਮਸੀਹ ਮਾਸਟਰ। ਅੱਛਾ, ਉਹ ਕਿੰਨੇ ਵਾਲੇ ਲੀਡਰ ਆ? ਉਹੀ ਵਾਲੇ ਦੀ ਗੱਲ ਕਰਦੇ ਨਾ ਜਸਪਾਲ ਮਸੀਹ, ਜੀ ਜੀ ਜੀ, ਜਿਹੜੇ ਪ੍ਰੈਸ ਕਾਨਫਰੰਸਸ ਵੀ ਕਰ ਰਹੇ, ਜੀ ਜੀ, ਸੋਸ਼ਲ ਮੀਡੀਆ ਤੇ ਦੇਖਿਆ ਸੀ। ਤੋ ਇਸ ਕਰਕੇ ਕਰ ਰਿਹਾ ਕਿਉਂਕਿ ਕਈ ਵਾਰੀ ਨਾਮ ਸਿਮਿਲਰ ਹੁੰਦਾ ਤੇ ਬੰਦੇ ਨੂੰ ਕਹਿੰਦਾ ਮੈਨੂੰ ਕਿਹਾ ਵਾ ਕਰਿਆ। ਨਹੀਂ ਨਹੀਂ ਨਹੀਂ, ਕੋਈ ਕੋਈ ਚੱਕਰ ਨਹੀਂ, ਜੋ ਹੈ ਸੀ ਜੋ ਰੀਅਲ ਆ ਉਹ ਦੱਸ ਰਹੇ ਆ ਜੀ। ਅੱਛਾ ਜੀ, ਉਹ ਤੁਹਾਨੂੰ ਪੈਸੇ ਦੇਣਾ ਇਹ? ਜੀ, ਪੈਸੇ ਉਹ ਨਹੀਂ ਸੀ ਫੜਾਉਂਦਾ, ਜਿਹੜੇ ਨਾਲ ਸੀ ਉਹ ਫੜਾਉਂਦੇ ਸੀ। ਅੱਛਾ ਜੀ, ਤੇ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਦਿਮਾਗ ਚੱਲਦਾ ਹੈ ਸਾਰੇ ਪਿੱਛੇ? ਇਹਨਾਂ ਨੂੰ ਮੇਰੇ ਕੋਲ ਭੇਜਣ ਵਾਲਾ ਥਾਪਰ ਹੀ ਹੋ ਸਕਦਾ ਜੀ, ਜੋ ਕਾਫੀ ਰੋਲਾ ਵੀ ਪਾਉਂਦਾ ਆਪਣੀ ਆਈ ਡੀ ਤੇ, ਸੁਰਜੀਤ ਥਾਪਰ ਜੀ। ਸੁਰਜੀਤ ਥਾਪਰ ਜੀ, ਇਹ ਉਹਦਾ ਉਹਨਾਂ ਦਾ ਦਿਮਾਗ ਚੱਲ ਰਿਹਾ, ਇਹ ਜਸਪਾਲ ਮਸੀਹ ਦਾ ਤੇ ਸੁਰਜੀਤ ਥਾਪਰ ਦਾ। ਤੇ ਉਹਨਾਂ ਨੂੰ ਕੀ ਫਾਇਦਾ ਹੈ ਸਾਰਾ ਕੁਝ ਕਰਕੇ? ਉਹਨਾਂ ਨੂੰ ਫਾਇਦਾ, ਦੇਖੋ ਜਿਹੜੇ ਤਰੀਕੇ ਨਾਲ ਉਹ ਪਲਾਨ ਕਰ ਰਹੇ ਨੇ ਕਿ ਝੂਠੀਆਂ ਗਵਾਹੀਆਂ ਦਵਾਉਣੀਆਂ ਨੇ, ਫੇਕ ਬਣਾ ਕੇ ਮਰਿਆ ਬੰਦੇ ਦੀ ਗਵਾਹੀਆਂ ਦਵਾਉਣੀਆਂ ਨੇ, ਤੇ ਉਹਨਾਂ ਨੂੰ ਕੋਈ ਫਾਇਦਾ ਤਾਂ ਹੋਏਗਾ ਹੀ। ਤੁਸੀਂ ਪੁਸ਼ਟੀ ਕਰਦੇ ਕੋਈ ਪੱਕਾ ਉਹਨਾਂ ਦਿਮਾਗ ਕਿ ਤੁਹਾਨੂੰ ਲੱਗਦਾ ਵਾ ਉਹਨਾਂ ਦਾ ਦਿਮਾਗ? ਨਹੀਂ ਸਰ, ਪੁਸ਼ਟੀ ਕਰਦਾ ਜੀ ਮੈਂ ਇਸ ਚੀਜ਼ ਦੀ। ਅੱਛਾ, ਤੁਸੀਂ ਜੀ ਜੀ ਪੱਕੇ ਰੂਪ ਚ ਗਏ? ਜੀ 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 ਜੀ, ਬਿਲਕੁਲ ਜੀ ਬਿਲਕੁਲ। ਤੁਹਾਨੂੰ ਡਰ ਨਹੀਂ ਲੱਗਦਾ ਇਹ ਬੰਦਿਆਂ ਦੇ ਡਾਇਰੈਕਟ ਨਾਮ ਲੈ ਰਹੇ? ਦੇਖੋ ਜੀ, ਜੇ ਡਰ ਲੱਗੇਗਾ, ਮੈਂ ਨਾਮ ਇੱਕ ਬੜਾ ਵੱਡਾ ਇੱਕ ਖੁਲਾਸਾ ਕੀਤਾ ਹੈ ਕਿ ਜਿਹਦੇ ਨਾਲ ਮਸੀਹਤ ਨੂੰ ਢਾਹ ਲੱਗ ਸਕਦੀ ਸੀ। ਇਹ ਇਹਨਾਂ ਦੀ ਆਪਸੀ ਲੜਾਈ ਸੀ, ਪਰ ਇਹਦੇ ਨਾਲ ਮਸੀਹਤ ਨੂੰ ਢਾਹ ਲੱਗਣੀ ਸੀ, ਤੇ ਜੇ ਕੱਲ ਨੂੰ ਮੈਨੂੰ ਕੁਛ ਹੁੰਦਾ ਹੈ ਤੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ, ਤੇ ਇਹ ਥਾਪਰ ਪਾਸਟਰ ਬਲਜਿੰਦਰ ਮਿਨਿਸਟਰੀ ਜ਼ਿੰਮੇਵਾਰ ਹੋਏਗੀ। ਜੋ ਰੀਅਲ ਆ, ਜੋ ਆਏ ਸੀ, ਮੈਂ ਉਹਨਾਂ ਦਾ ਕਲੀਅਰ ਨਾਂ ਦੱਸ ਦਿੱਤਾ ਜੀ। ਅੱਛਾ, ਇਸ ਸਾਰੀ ਦੀ ਜ਼ਿੰਮੇਵਾਰੀ ਤੁਸੀਂ ਉਹਨਾਂ ਨੂੰ ਦਿੰਦੇ ਹੋ? ਜੀ ਜੀ ਬਿਲਕੁਲ ਜੀ ਬਿਲਕੁਲ। ਜਿਹੜੇ ਤਰੀਕੇ ਨਾਲ ਉਹ ਫੇਸਬੁੱਕ ਤੇ ਧਮਕੀਆਂ ਦਿੰਦੇ ਨੇ, ਉਹਨਾਂ ਵਿੱਚ ਮਸੀਹਤ ਵਾਲੀ ਤਾਂ ਕੋਈ ਗੱਲ ਲੱਭਦੀ ਨਹੀਂ, ਮਸੀਹਤ ਵਾਲਾ ਕੋਈ ਪਿਆਰ ਲੱਭਦਾ ਨਹੀਂ। ਨਹੀਂ, ਵੀਡੀਓ ਤੇ ਪਾਉਂਦੇ ਆ, ਕਹਿੰਦੇ ਲਵ ਯੂ। ਜੀ 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 ਜੀ, ਕਿਉਂਕਿ ਮੈਂ ਰੀਸੈਂਟ ਉਹਨਾਂ ਦੇਖ ਰਿਹਾ ਸੀ ਪਰਚਿਆਂ ਤੋਂ ਹਿੰਟਾ। ਹਾਂਜੀ ਹਾਂਜੀ, ਉਹਦੇ ਪਰਚੇ ਜੀ। ਅੱਜ ਤੁਹਾਡੇ ਤੋਂ ਪਰਚਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਫਿਰ? ਕੋਈ ਗੱਲ ਨਹੀਂ ਜੀ, ਪ੍ਰਭੂ ਯਿਸੂ ਮਸੀਹ ਨਾਲ। ਡਰ ਖੌਫ ਕੋਈ ਨਹੀਂ? ਕੋਈ ਡਰ ਖੌਫ ਨਹੀਂ ਜੀ। ਤੁਸੀਂ ਮੇਨਲੀ, ਜੇ ਮੈਂ ਕਲੀਅਰ ਕਰਾਂ ਸੁਣਨ ਵਾਲਿਆਂ ਲਈ, ਉਹ ਵੀ ਕਨਫਿਊਜ਼ਨ ਆਉਣ, ਤੁਸੀਂ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਦੀ ਗੱਲ ਕਰ ਰਹੇ ਹੋ? ਜੀ 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 ਸਰ, ਦੇਖੋ ਮਹਿਮਾ ਚੌਧਰੀ, ਦੇਖੋ ਮੈਂ ਤੁਹਾਨੂੰ ਸਾਰੇ ਗੱਲ ਕੀਤੀ ਹੈ, ਆਡੀਓ 'ਚ ਗੱਲ ਕੀਤੀ ਹੈ, ਜਦੋਂ ਉਹਨਾਂ ਕਿਹਾ ਕਿ ਤੁਹਾਨੂੰ ਮਹਿਮਾ ਚੌਧਰੀ ਨਾਲ ਮਿਲਾਵਾਂਗੇ, ਤੁਸੀਂ ਉਹਨਾਂ ਨੂੰ ਕਿਹਾ ਮਹਿਮਾ ਚੌਧਰੀ ਨਾਲ ਮਿਲਾ ਦੋਗੇ? ਨਾ, ਪਹਿਲਾਂ ਉਹਨਾਂ ਕਿਹਾ ਸੀ। ਅੱਛਾ, ਪਹਿਲਾਂ ਜਦੋਂ ਉਹਨਾਂ ਸਿੱਧੀ ਡਾਇਰੈਕਟ ਕਾਲ ਕੀਤੀ ਹੈ, ਉਹਨਾਂ ਕਿਹਾ ਸੀ, ਉਸ ਤੋਂ ਬਾਅਦ ਫਿਰ ਮੈਂ ਕਿਹਾ ਦੂਸਰੇ ਪ੍ਰਧਾਨ ਨੂੰ। ਉਹ ਤਾਂ ਕਹਿੰਦੇ ਡਾਇਰੈਕਟ ਕਾਲ ਅਸੀਂ ਕਰਨੀ ਨਹੀਂ, ਅੱਜ ਕੱਲ੍ਹ ਰਿਕਾਰਡਿੰਗਾਂ ਕਰ ਲੈਂਦੇ ਲੋਕੀ। ਹਾਂਜੀ, ਉਹ ਕਹਿ ਰਹੇ ਹੋ, ਉਹ ਕਹਿ ਰਹੇ ਨੇ, ਉਹ ਕਹਿ ਰਹੇ ਰਿਕਾਰਡਿੰਗ ਹੋ ਜਾਂਦੀ ਹੈ। ਤਾਂ ਫਿਰ ਉਹਨਾਂ ਡਾਇਰੈਕਟ ਕਾਲ ਕਿਉਂ ਕੀਤੀ ਤੁਹਾਨੂੰ? ਸਰ, ਡਾਇਰੈਕਟ ਕਾਲ ਉਹਨਾਂ ਨੇ ਕਰਕੇ ਥੋੜੀ ਗੱਲ ਕੀਤੀ ਨਾ। ਅੱਛਾ, ਡਾਇਰੈਕਟ ਕਾਲ ਤੇ ਰਿਕਾਰਡਿੰਗ ਨਹੀਂ ਲੱਗੀ, ਮੇਰੇ ਕੋਲ ਐਪ ਮੈਂ ਡਾਊਨਲੋਡ ਨਹੀਂ ਸੀ ਕੀਤਾ ਹੈਗਾ ਰਿਕਾਰਡਿੰਗ ਵਾਲਾ। ਮੇਰੇ ਲਈ ਮੁਸ਼ਕਲ ਆ ਥੋੜਾ ਯਕੀਨ ਕਰਨਾ ਇਹਨਾਂ ਗੱਲਾਂ ਨੂੰ। ਸਰ, ਰੱਬ ਤੋਂ ਵੱਡਾ ਕੋਈ ਗਵਾਹ ਨਹੀਂ ਆ। ਚਲੋ, ਆਪਾਂ ਮੁੱਦੇ ਤੇ ਆਉਂਦੇ ਆਪਣੇ। ਤੇ ਫਿਰ ਉਹਨਾਂ ਨੇ ਤੁਹਾਨੂੰ ਸਾਰੀ ਆਫਰ ਦਿੱਤੀ ਆ? ਜੀ ਸਰ ਜੀ, ਕਿਉਂਕਿ ਆਡੀਓ ਦੇ ਵਿੱਚ ਤੁਹਾਨੂੰ 50,000 ਦੀ ਆਫਰ ਵੀ ਆਣ, ਤੇ ਫਿਰ ਤੁਸੀਂ ਨਾ ਕਿਉਂ ਕਰਤੀ? ਨਾ ਸਰ, ਅਸੀਂ ਮਸੀਹ ਨੂੰ ਮੰਨਦੇ ਹਾਂ, ਕਦੀ ਨਹੀਂ ਲਾਂਗੇ ਇੱਦਾਂ ਦੇ ਪੈਸੇ। ਕਿਉਂਕਿ ਜੇ ਤੁਸੀਂ ਕਹਿ ਰਹੇ, ਕਿਉਂਕਿ ਤੁਸੀਂ ਉਹਦੇ ਵਿੱਚ ਆਡੀਓ ਦੇ ਵਿੱਚ ਕਿਹਾ ਮੇਰੇ ਤੋਂ ਤਾਂ ਰੀਚਾਰਜ ਕਰਾਉਣ ਨੂੰ ਵੀ ਪੈਸੇ ਹੈ ਨਹੀਂ ਗੇ। ਸਰ, ਮੈਂ ਤੇ ਇਹ ਆਖ ਰਿਹਾ ਸੀ, ਉਹਦਾ ਕਾਰਨ ਇਹ ਸੀ ਕਿ ਇਹ ਮੈਨੂੰ ਥੋੜਾ ਜਲਦੀ ਡੀਲ ਕਰਨ। ਅੱਛਾ, ਸਾਡਾ ਉਦੋਂ ਪਲਾਨ ਹੋ ਗਿਆ ਸੀ ਕਿ ਆਪਾਂ ਇਹਨਾਂ ਕੋਲ ਪੈਸੇ ਲਈਏ ਤੇ ਇਹਨਾਂ ਦੀ ਵੀਡੀਓ ਬਣਾਈਏ, ਪ੍ਰੂਫ ਇਕੱਠੇ ਕਰੀਏ, ਪ੍ਰੂਫ ਇਕੱਠੇ ਕਰਕੇ ਇਹਨਾਂ ਦਾ ਫਿਰ ਜਲੂਸ ਕੱਢੀਏ ਇਹਨਾਂ ਬੰਦਿਆਂ ਦਾ ਜਿਹੜੇ ਆ ਰਹੇ ਨੇ। ਉਸ ਤੋਂ ਪਹਿਲਾਂ ਜੋ ਪਾਸਟਰ ਨਰੋਲਾ ਜੀ ਨੇ, ਉਹਨਾਂ ਨੇ ਲਾਈਵ 'ਚ ਬੋਲਤਾ। ਉਦੋਂ ਤੱਕ ਤੁਹਾਡੀ ਤੁਸੀਂ ਦੱਸਤਾ ਹੋਇਆ ਸੀ ਉਹਨਾਂ ਨੂੰ ਕਿ ਤੁਹਾਡੇ ਕੋਲ? ਉਦੋਂ ਤੱਕ ਮੈਂ ਦੀਪਕ ਨੂੰ ਦੱਸਤਾ ਹੋਇਆ ਸੀ, ਮੈਨੂੰ ਦੀਪਕ ਜੀ ਨੂੰ ਦੱਸਣਾ ਨਹੀਂ ਸੀ ਚਾਹੀਦਾ। ਪਹਿਲਾਂ ਦੱਸਣਾ ਨਹੀਂ ਸੀ ਚਾਹੀਦਾ, ਮੈਨੂੰ ਸਾਰੇ ਪ੍ਰੂਫ ਇਕੱਠੇ ਕਰਕੇ ਫਿਰ ਦੱਸਣਾ ਚਾਹੀਦਾ ਸੀ। ਬਿਲਕੁਲ, ਉਹ ਆਡੀਓ ਉਹਨਾਂ ਨੂੰ ਪਾਉਣ ਦੇ ਨਾਲ ਉਹ ਸਾਰਾ ਕੰਮ ਖਰਾਬ ਹੋ ਗਿਆ। ਅੱਛਾ, ਤੁਸੀਂ ਉਹਨਾਂ ਨੇ ਜਦੋਂ ਤੁਹਾਡੇ ਨਾਲ ਡੀਲਿੰਗ ਵਗੈਰਾ ਹੋਈ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਿਆ ਇਹ ਜੀ, ਤੇ ਕਿਉਂ ਤੁਹਾਡਾ ਮਨ ਇੱਕਦਮ ਕਿਉਂ ਬਦਲ ਗਿਆ? ਸਰ, ਮੈਨੂੰ ਤੁਹਾਨੂੰ ਦੱਸੀ ਸੀ ਅੱਗੇ ਮੈਂ ਗੱਲ ਕਿ ਮੈਨੂੰ ਰਾਤ ਇੱਕ ਸੁਪਨਾ ਆਇਆ ਸੀ ਜਦੋਂ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਆਇਆ ਸੀ। ਜਿਹੜਾ ਮੈਨੂੰ ਸੁਪਨਾ ਆਇਆ ਸੀ, ਜਦੋਂ ਮੈਂ ਆਣ ਕੇ ਰੋਟੀ ਪਾਣੀ ਖਾ ਕੇ ਨਾ, ਉਦੋਂ ਮੈਂ ਜਲਦੀ ਸੌਂ ਗਿਆ। ਜਦੋਂ ਮੈਨੂੰ ਰਾਤ ਸੁਪਨਾ ਆਇਆ ਨਾ, ਤੇ ਪਾਣੀ ਦੇ ਵਿੱਚ ਮੈਂ ਖੜਾ ਕਿਸੇ ਨਦੀ ਦੇ ਵਿੱਚ,
ਜਦੋਂ ਨਦੀ ਦੇ ਵਿੱਚ ਖੜਾ ਨਾ ਕੋਈ ਵਿਅਕਤੀ ਹੈ ਕੋਈ ਆਦਮੀ ਹੈ ਉਹ ਮੈਨੂੰ $10,000 ਜਿਹੜੇ ਆ ਨਾ ਉਹ ਫੜਾ ਰਿਹਾ। ਜਦੋਂ ਉਹਨੇ ਮੈਨੂੰ ਪੈਸੇ ਫੜਾਏ ਨਾ ਤੇ ਉਹ ਜੋ ਪਾਣੀ ਦੇ ਵਿੱਚ ਮੈਂ ਖੜਾ ਸੀ ਨਾ ਉਹ ਸਾਰਾ ਪਾਣੀ ਅੱਗ ਚ ਤਬਦੀਲ ਹੋ ਗਿਆ, ਜਿਸ ਤਰ੍ਹਾਂ ਇੱਕ ਲਾਵਾ ਹੁੰਦਾ ਹੈ ਸੰਘਣੀ ਅੱਗ ਚ ਤਬਦੀਲ ਹੋ ਗਿਆ। ਅੱਖ ਚਮਕਦਿਆਂ ਸਾਰੀ ਮੇਰੀ ਮੈਂ ਨੀਂਦ ਚੋਂ ਜਿਹੜਾ ਨਾ ਜਾਗ ਗਿਆ, ਮੈਨੂੰ ਪਸੀਨਾ ਨਾ ਭਰ ਗਿਆ ਮੈਂ ਸਾਰੇ ਹੀ। ਮੈਨੂੰ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਮੈਨੂੰ ਮੇਰੇ ਸਰੀਰ ਨੂੰ ਅੱਗ ਲੱਗੀ ਆ, ਮੈਨੂੰ ਦਿਮਾਗ ਮੇਰੇ ਗੱਲ ਆ ਗਈ ਕਿ ਸਨੀ ਜੇ ਤੂੰ ਉਹ ਪੈਸੇ ਫੜ ਲੈਂਦਾ ਤੇ ਹੋ ਸਕਦਾ ਕਿ ਤੂੰ ਕਦੀ ਵੀ ਖੁਦਾ ਦੇ ਵੱਲੋਂ ਮਾਫ਼ ਨਾ ਕੀਤਾ ਜਾਂਦਾ। ਇੱਕ ਧਰਮ ਦੀ ਗੱਲ ਹੈ, ਇੱਕ ਧਾਰਮਿਕ ਗੱਲ ਆ ਜੀ, ਜਾਂ ਇੱਕ ਕੋਈ ਰਾਜਨੀਤਿਕ ਗੱਲ ਹੁੰਦੀ ਨਾ ਤੇ ਬੰਦਾ ਲੱਲੇ ਭੱਬੇ ਵਧਾ ਚੜਾ ਕੇ ਵੀ ਗੱਲ ਦੱਸ ਸਕਦਾ, ਪਰ ਮੈਂ ਤੁਹਾਨੂੰ ਉਹ ਗੱਲ ਦੱਸ ਜਿਆ ਜੋ ਰੀਅਲ ਆ, ਜੋ ਹੋਇਆ ਜੋ ਰੀਅਲ ਆ, ਨਾ ਕੋਈ ਗੱਲ ਵੱਧ ਨਾ ਕੋਈ ਗੱਲ ਘੱਟ। ਉਸ ਤੋਂ ਬਾਅਦ ਮਨ ਬਦਲ ਗਿਆ, ਉਸ ਤੋਂ ਬਾਅਦ ਮੇਰਾ ਮਨ ਬਦਲ ਗਿਆ, ਮੈਂ ਸੁੱਤਾ ਨਹੀਂ ਰਾਤ। ਫਿਰ ਤੁਸੀਂ ਕਿਹਨਾਂ ਨਾਲ ਗੱਲ ਕੀਤੀ? ਅੰਕੁਰਨਾ ਮਿਨਿਸਟਰੀ ਵਾਲਿਆਂ ਨਾਲ? ਫਿਰ ਮੈਂ ਦੀਪਕ ਨਾਲ ਹੀ ਗੱਲ ਕੀਤੀ। ਅੱਛਾ, ਹਾਂ ਫਿਰ ਮੈਂ ਦੀਪਕ ਨਾਲ, ਮੈਂ ਤਰਸੇਮ ਸੋਹਤਾ ਜੀ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ, ਉਹਨਾਂ ਮੇਰਾ ਫੋਨ ਨਹੀਂ ਚੱਕਿਆ। ਅੱਛਾ, ਤੁਸੀਂ ਤਰਸੇਮ ਸੋਹਤਾ ਜੀ ਗੁਰਦਾਸਪੁਰ ਤੋਂ ਨਹੀਂ, ਤੁਸੀਂ ਉਹਨਾਂ ਦਾ ਫੋਨ ਕਾਲ ਚੈੱਕ ਕਰ ਸਕਦੇ ਹੋ, ਮੈਂ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ। ਜਾਣਦੇ ਨਹੀਂ ਵੈਸੇ ਜੀ, ਤੁਸੀਂ ਦੱਸ ਰਹੇ ਹੋ ਤਾਂ ਚਲੋ ਮੈਂ ਬਿਲੀਵ ਕਰਦਾ ਕਿ ਤੁਸੀਂ ਜੋ ਦੱਸ ਰਹੇ ਹੋ ਸੱਚ ਦੱਸ ਰਹੇ ਹੋ, ਤੁਸੀਂ ਪੁਸ਼ਟੀ ਕਰਦੇ ਹੋ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਬਿਲਕੁਲ ਸਹੀ ਨੇ, ਬਿਲਕੁਲ ਸਹੀ ਨੇ। ਤੇ ਜੇ ਇਹਨਾਂ ਵਿੱਚ ਕੋਈ ਝੂਠ ਨਿਕਲਦਾ ਤੁਹਾਡੇ ਤੋਂ ਕਾਨੂੰਨੀ ਕਾਰਵਾਈ ਹੋ ਸਕਦੀ, ਤੁਹਾਨੂੰ ਪਤਾ? ਕੋਈ ਗੱਲ ਨਹੀਂ ਜੀ, ਜਦੋਂ ਹੈਗੀਆਂ ਸਹੀ ਨੇ। ਤੇ ਹੁਣ ਇਹ ਚੀਜ਼ ਕਿੱਦਾਂ ਬਿਲੀਵ ਕਰ ਲਈਏ ਕਿ ਤੁਸੀਂ ਅੰਕੁਰਨਾ ਮਿਨਿਸਟਰੀ ਤੋਂ ਪੈਸੇ ਲੈ ਕੇ ਨਹੀਂ ਇਹ ਬਿਆਨ ਦੇ ਰਹੇ ਹੋਗੇ? ਦੇਖੋ ਸਰ, ਮੇਰਾ ਕਿਸੇ ਵੀ ਮਿਨਿਸਟਰੀ ਨਾਲ ਕੋਈ ਵੀ ਵੈਰ ਵਿਰੋਧ ਨਹੀਂ, ਕੋਈ ਲੈਣਾ ਦੇਣਾ ਨਹੀਂ। ਹਾਂ, ਜੇ ਕੋਈ ਗਲਤ ਕਰੇਗਾ ਮੈਨੂੰ ਕਿਸੇ ਵੱਲੋਂ, ਕਿਸੇ ਨੂੰ ਜੇ ਤੁਹਾਡੀ ਲੜਾਈ ਆ, ਕੋਈ ਝਗੜਾ ਵਾ, ਤੁਸੀਂ ਉਦਾਂ ਇੱਕ ਦੂਸਰੇ ਨਾਲ ਦੇਖ ਲਓ, ਹਨਾ। ਜੇ ਕੋਈ ਸਾਜਿਸ਼ ਕਰਕੇ ਕਹੇਗਾ ਕਿ ਪਲਾਨ ਕਰਕੇ, ਸਾਜਿਸ਼ ਨਹੀਂ ਵੈਸੇ, ਗਿਰੀ ਹੋਈ ਸਾਜਿਸ਼, ਗਿਰੀ ਹੋਈ ਸਾਜਿਸ਼ ਕਰਕੇ ਕਹੇਗਾ, ਪਲਾਨ ਕਰਕੇ, ਹਨਾ, ਤੇ ਮੈਂ ਵੀ ਇੱਕ ਮਸੀਹ ਨੂੰ ਮੰਨਣਾ, ਮੈਂ ਵੀ ਉਸ ਪ੍ਰਭੂ ਨੂੰ ਮੰਨਣਾ ਜਿਹਨੇ ਚੇਲਿਆਂ ਦੇ ਪੈਰ ਧੋਤੇ ਹੀ ਆ, ਮੇਰੇ ਅੰਦਰ ਵੀ ਤਾਂ ਇਨਸਾਨੀਅਤ ਹੈਗੀ ਆ। ਜੇ ਮੈਂ ਰਾਜਨੀਤਿਕ ਲੋਕਾਂ ਦੇ ਖਿਲਾਫ ਲਿਖਦਾ ਵਾਂ, ਪਰ ਮੈਂ ਕਦੀ ਭਲੇ ਲੋਕਾਂ ਦੇ ਖਿਲਾਫ, ਕਿਸੇ ਮੇਰੇ ਕਰਕੇ ਕਿਸੇ ਦਾ ਵਿਸ਼ਵਾਸ ਟੁੱਟੇ, ਮੇਰੇ ਕਰਕੇ ਕੋਈ ਠੋਕਰ ਦਾ ਕਾਰਨ ਬਣ ਖਾਵੇ, ਠੋਕਰ ਖਾਵੇ ਮੇਰੇ ਕਰਕੇ, ਮੇਰੇ ਝੂਠ ਪਲਾਨ ਕਰਕੇ, ਮੈਂ ਝੂਠ ਕਿਸੇ ਦੀਆਂ ਰਿਪੋਰਟਾਂ ਬਣਾ ਕੇ ਦੇਵਾਂ, ਉਹਨਾਂ ਦਾ ਹਿੱਸਾ ਬਣ ਜਾ, ਮੇਰੇ ਕਰਕੇ ਕੋਈ ਵਿਸ਼ਵਾਸ ਤੋਂ ਡਿੱਗ ਜੇ, ਤੇ ਮੈਂ ਤੇ ਫਿਰ ਆਪਣੇ ਤੇ ਪਰਚਾ ਕਰਾਉਣ ਲਈ, ਉਹ ਪਰਚਾ ਹੀ ਹੋ ਜਾਵੇ ਮੇਰੇ ਨਾਲ, ਉਹ ਵਧੀਆ ਮੇਰੇ ਉੱਤੇ, ਪਰ ਉਹ ਜ਼ੁਲਮ ਨਹੀਂ ਕਰੂੰਗਾ ਮੈਂ ਕਦੀ। ਕੰਮ ਕੀ ਕਰਦੇ ਵੈਸੇ? ਸਰ, ਕੰਮ ਮੈਂ ਖੇਤੀਬਾੜੀ ਦਾ ਕਰਦਾ। ਤੁਹਾਨੂੰ ਨਹੀਂ ਲੱਗੇ 50,000 ਰੁਪਈਆ ਬੜੀ ਵੱਡੀ ਰਕਮ ਆ? ਨਹੀਂ ਸਰ, ਨਹੀਂ ਨਹੀਂ ਲੱਗਦਾ। ਉਸ ਤੋਂ ਪਹਿਲਾਂ ਤੁਹਾਨੂੰ ਸੁਪਨਾ ਆ ਚੁੱਕਾ ਸੀਗਾ ਕਿ ਉਸ ਤੋਂ ਪਹਿਲਾਂ ਆ ਚੁੱਕਾ ਸੀ ਪੈਸਿਆਂ ਲਈ ਡੀਲ ਹੋਣ ਤੋਂ ਪਹਿਲਾਂ? ਨਹੀਂ, ਜਦੋਂ ਸਾਡੀ ਗੱਲ ਹੋਈ ਹੈ ਨਾ, ਜਿਹੜੀ ਫੋਨ ਦੇ ਉੱਤੇ ਤੁਹਾਡੀ ਗੱਲ ਹੋਈ ਆ, ਉਹਦੇ ਤੋਂ ਪਹਿਲਾਂ ਤੁਹਾਨੂੰ ਸੁਪਨਾ ਆ ਚੁੱਕਾ ਸੀਗਾ ਕਿ ਬਾਅਦ ਫੋਨ ਤੇ ਜਿਹੜੀ ਗੱਲ ਹੋਈ ਉਸ ਤੋਂ ਪਹਿਲਾਂ ਸੁਪਨਾ ਆ ਚੁੱਕਾ ਸੀ? ਮਤਲਬ ਉਦੋਂ ਤੁਹਾਡਾ ਮਨ ਬਦਲ ਚੁੱਕਾ ਸੀ? ਉਦੋਂ ਮੇਰਾ ਮਨ ਬਦਲ ਚੁੱਕਾ ਸੀ ਜੀ, ਤਦੀ ਤੁਸੀਂ ਰਿਕਾਰਡਿੰਗ ਕੀਤੀ, ਜੋ ਮੈਂ ਸਮਝ ਪਾ ਰਿਹਾ ਕਰਕੇ ਰਿਕਾਰਡਿੰਗ ਕੀਤੀ ਸੀ ਮੈਂ, ਕਿਉਂਕਿ ਤੁਹਾਨੂੰ ਹੋਏਗਾ ਕਿ ਹੁਣ ਮੈਂ ਐਕਸਪੋਜ਼ ਕਰਾਂਗਾ ਇਹਨਾਂ ਬੰਦਿਆਂ ਜੀ, ਵਿੱਚ ਤੁਹਾਡਾ ਮਤਲਬ ਸਾਰਾ ਪਲਾਨ ਐਕਸਪੋਜ਼ ਹੋ ਜਾਂਦਾ ਜਦੋਂ ਅਪੋਸਟਲ ਜੀ ਪੁਲਪਟ ਦੇ ਉੱਤੋਂ ਕਹਿ ਦਿੰਦੇ ਨੇ ਕਿ ਬੰਦੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜੀ ਜੀ, ਉਸ ਤੋਂ ਬਾਅਦ ਫਿਰ ਦੁਪਹਿਰ ਨੂੰ ਸਾਰਾ ਕੰਮ ਕੇਮ ਖਰਾਬ ਹੋ ਜਾਂਦੀ, ਉਸ ਤੋਂ ਬਾਅਦ ਬੰਦੇ ਤੁਹਾਨੂੰ ਬਲੌਕ ਕਰ ਦਿੰਦੇ ਜੀ। ਰੀਅਲ ਸਰ, ਦੇਖੋ ਮੈਨੂੰ ਕਿਸੇ ਦਾ ਡਰ ਨਹੀਂ, ਮੈਂ ਡਰਦਾ ਨਹੀਂ, ਮੈਂ ਸਾਫ਼ ਸਾਫ਼ ਸਿੱਧੇ ਸ਼ਬਦਾਂ 'ਚ ਕਹਿਣਾ ਕਿ ਉਹ ਪਾਸਟਰ ਬਲਜਿੰਦਰ ਦੇ ਬੰਦੇ ਸੀ, ਤੋ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜੀ, ਨਾ ਤੇ ਮੈਂ ਪਾਸਟਰ ਦਰੋਲਾ ਮਿਨਿਸਟਰੀ ਦੇ ਬੰਦਿਆਂ ਤੋਂ ਡਰਦਾ, ਤੇ ਨਾ ਤੇ ਮੈਂ ਪਾਸਟਰ ਬਲਜਿੰਦਰ ਮਿਨਿਸਟਰੀ ਦੇ ਬੰਦਿਆਂ ਤੋਂ ਡਰਦਾ। ਮੈਨੂੰ ਇਹਨਾਂ ਦਾ ਕੋਈ ਡਰ, ਡਰਦੇ ਕਿਤੋਂ? ਪਰਮਾਤਮਾ ਤੋਂ, ਰੱਬ ਤੋਂ, ਪਰਮੇਸ਼ਵਰ। ਉਹ ਸ਼ਾਇਦ ਸੋਚਣ ਲੱਗ ਕਿ ਸ਼ਾਇਦ ਕਿਤੇ ਉਹਨਾਂ ਦਾ ਬੰਦਾ ਵਾ ਜੀ, ਮੇਰਾ ਤੁਸੀਂ ਰਿਕਾਰਡ ਇਤਿਹਾਸ ਚੈੱਕ ਕਰਕੇ ਦੇਖ ਲਓ ਜਦੋਂ ਦਾ ਮੈਂ ਤੇ ਖੁਦਾ ਦੇ ਗਾਰੀ ਇਹ ਦੁਆ ਮੰਗਣਾ ਕਿ ਪਰਮਾਤਮਾ ਜਦੋਂ ਮੇਰੀ ਮੌਤ ਹੋਵੇ ਨਾ, ਨਾ ਤਾਂ ਮੈਨੂੰ ਐਕਸੀਡੈਂਟ ਨਾ ਮਾਰੀ ਤੇ ਨਾ ਕਿਤੇ ਬਿਮਾਰੀ ਨਾ, ਜਦੋਂ ਵੀ ਮਾਰੀ ਮੇਰੀ ਆਪਣੇ ਮਸੀਹ ਭਾਈਚਾਰੇ ਕਰਕੇ ਕੁਰਬਾਨ ਹੋਵਾਂ, ਮੈਂ ਆਪਣੇ ਲੋਕਾਂ ਕਰਕੇ ਕੁਰਬਾਨ ਹੋਵਾਂ।
ਪ੍ਰੋਫਿਟ ਜੀ ਵੱਲੋਂ ਪਲੈਨ ਇਹ ਨਹੀਂ ਸੀਗਾ, ਤੇ ਮੇਰੀ ਬੇਨਤੀ ਹੈ ਕਿ ਇਹ ਆਡੀਓ ਦੇ ਵਿੱਚੋਂ ਆਵਾਜ਼ ਪਛਾਣ ਕੇ ਬੰਦੇ ਟਰੇਸ ਕੀਤੇ ਜਾਣ ਤੇ ਮਸੀਹਤ ਵਿੱਚੋਂ ਆਊਟ ਕੀਤਾ ਜਾਵੇ ਇਹਨਾਂ ਬੰਦਿਆਂ ਨੂੰ, ਕਿਉਂਕਿ ਇਹ ਲੋਕ ਕ੍ਰਿਸਚੈਨਿਟੀ ਦੇ ਲਈ ਇੱਕ ਬੜਾ ਵੱਡਾ ਟੋਇਆ ਪੱਟ ਰਹੇ ਨੇ, ਮਸੀਹਤ ਲਈ ਬੜਾ ਵੱਡਾ ਟੋਇਆ ਪੱਟ ਰਹੇ ਨੇ, ਕਿ ਜੋ ਬੀਤੇ ਦਿਨਾਂ ਦੇ ਵਿੱਚ ਅਪੋਸਟਲ ਜੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦੇ ਪਿੱਛੇ ਹੱਥ ਕਿਹਦਾ ਹੋ ਸਕਦਾ ਹੈ। ਤੁਸੀਂ ਵੀ ਸਾਰੇ ਸੁਣਨ ਵਾਲੇ ਸਮਝਦਾਰ ਨਾ ਕਿ ਕਿਹਨਾਂ ਦਾ ਹੱਥ ਹੋ ਸਕਦਾ ਹੈ ਉਸ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਜਿਹੜੀ ਉਹ 31st ਦੇ ਪਲੇ ਦੀ ਹੋ ਰਹੀ ਹੈ, ਕਿਉਂਕਿ ਅਲਟੀਮੇਟਲੀ ਇਸ ਸਾਰੀ ਮੀਟਿੰਗ ਦੇ ਵਿੱਚ ਬਦਨਾਮ ਅੰਕੁਰ ਨਰੂਲਾ ਜੀ ਨਹੀਂ ਹੋ ਰਹੇ, ਬਦਨਾਮ ਕ੍ਰਿਸਚੈਨਿਟੀ ਹੋ ਰਹੀ ਹੈ। ਵੱਖ ਵੱਖ ਚਰਚਾਂ ਦੀਆਂ ਲੇ ਹੈਂਡਸ ਦੀਆਂ, ਵੱਖ ਵੱਖ ਚਰਚਾਂ ਦੀਆਂ ਪ੍ਰਾਰਥਨਾਵਾਂ ਦੀਆਂ ਵੀਡੀਓਜ਼ ਨਾਲ ਅਟੈਚ ਕਰਕੇ ਇਹ ਕਹਿ ਕੇ ਇਹ ਟਾਈਟਲ ਲਾ ਕੇ ਵਾਇਰਲ ਹੋ ਰਹੀਆਂ ਨੇ ਕਿ ਵੇਖੋ ਯਿਸੂ ਵਾਲਿਆਂ ਦਾ ਪਖੰਡ, ਵੇਖੋ ਯਿਸੂ ਵਾਲਿਆਂ ਦਾ ਪਖੰਡ। ਤੇ ਬੜਾ ਮੇਰਾ ਮਨ ਇਸ ਦੁੱਖ ਨਾਲ ਭਰਿਆ ਹੋਇਆ ਕਿ ਕਿੰਨੇ ਗਿਰੇ ਹੋਏ ਲੈਵਲ ਦੀ ਪੋਲਿਟਿਕਸ ਇਸ ਟਾਈਮ ਮਸੀਹਤ ਵਿੱਚ ਚੱਲ ਰਹੀ ਹੈ। ਵੀ ਕਿਹਾ ਗਿਆ ਸੀ ਕਿਹੜੀ ਇੱਕ ਪਾਸਟਰ ਜੀ ਦੀ ਵੀਡੀਓ ਸੀ ਕਿ ਜਿਸ ਚ ਏਦਾਂ ਸੁੱਟ ਰਹੇ ਆ ਤੂੰ ਏਦਾਂ ਡਿੱਗਣਾ, ਉਸ ਵੀਡੀਓ ਨੂੰ ਵੀ ਸ਼ੇਅਰ ਕਰਨ ਵਾਸਤੇ ਕਿਹਾ ਗਿਆ ਸੀ, ਜਿਹੜੀ ਪਾਸਟਰਾਂ ਕੋਲ ਲਾਦੀ ਵਾਰ। ਜੀ ਜੀ ਜੀ, ਉਸ ਦਿਨ ਕਿਹਾ ਗਿਆ ਸੀ। ਉਸ ਇੱਕ ਚੀਜ਼ ਮੈਂ ਤੁਹਾਡੀ ਜਾਣਕਾਰੀ ਹੋਰ ਵਾਸਤੇ ਹੋਰ ਦੱਸਦਾ, ਦੇਖੋ ਮੈਂ ਤਾਂ ਇੱਕ ਚੀਜ਼ ਮੰਨਦਾ ਕਿ ਰੱਬ ਤੋਂ ਵੱਡਾ ਕੋਈ ਗਵਾਹ ਨਹੀਂ ਆ। ਜੇ ਮੇਰੇ ਮਨ 'ਚ ਕੋਈ ਬੇਈਮਾਨੀ ਹੁੰਦੀ ਜਾਂ ਕੋਈ ਪਲੈਨਿੰਗ ਹੁੰਦੀ ਤਾਂ ਮੈਂ ਕੋਈ ਕੁਛ ਗਵਾਹ ਨਹੀਂ ਪੇਸ਼ ਕਰ ਸਕਦਾ ਕਿ ਆਹ ਵੀ ਲੱਗ ਗਏ ਸੀ, ਉਹ ਵੀ ਲੱਗ ਗਏ ਸੀ। ਪਰ ਮੈਂ ਕਿਸੇ ਨੂੰ ਝੂਠੀ ਗਵਾਹੀ ਦੇ ਵਿੱਚ ਕਦੀ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਹੁਕਮਾਂ 'ਚ ਇੱਕ ਹੁਕਮ ਆ ਕਿ ਕਦੀ ਵੀ ਝੂਠੀ ਗਵਾਹੀ ਨਹੀਂ ਦੇਣੀ। ਤੇ ਮੈਂ ਕਿਸੇ ਨੂੰ ਕਿਉਂ ਕਵਾਂ ਕਿ ਤੁਸੀਂ ਝੂਠੀ ਗਵਾਹੀ ਦਿਓ ਮੇਰੇ ਲਾਗੇ ਆਣ ਕੇ ਕਿ ਉਹ ਵੀ ਲੱਗ ਗਏ ਸੀ, ਉਹ ਵੀ ਲੱਗ ਗਏ ਸੀ। ਜੋ ਰੀਅਲ ਜੋ ਮੇਰੇ ਨਾਲ ਹੋਇਆ, ਦੇਖੋ ਜੋ ਮੈਨੂੰ ਸੁਪਨਾ ਆਇਆ ਉਹ ਆਮ ਨੋਰਮਲ ਇਨਸਾਨ ਨਹੀਂ ਸਮਝ ਸਕਦਾ, ਉਹਦੀ ਭਾਵਨਾ ਨੂੰ ਜੋ ਮੇਰੇ ਨਾਲ ਹੋਇਆ, ਜੋ ਹਕੀਕਤ ਹੋਈ ਉਸ ਚੀਜ਼ ਨੂੰ ਨਹੀਂ ਸਮਝ ਸਕਦਾ। ਮੇਰਾ ਮਨ, ਮੇਰਾ ਸਰੀਰ, ਮੇਰਾ ਦਿਮਾਗ ਸਭ ਕੁਝ ਚੇਂਜ ਹੋ ਗਿਆ। ਕਿਹਨੂੰ ਜਾਏਗਾ ਇਹਦੇ ਪਿੱਛੇ ਬੈਨੀਫਿਟ? ਜੰਕੂ ਨੂੰ ਮਿਨਿਸਟਰੀ ਬਦਨਾਮ ਹੁੰਦੀ, ਮੰਨ ਲਓ ਇਹ ਪਲਾਨ ਐਗਜ਼ੀਕਿਊਟ ਹੋ ਜਾਂਦਾ ਤਾਂ ਬਦਨਾਮੀ ਕਿਹਦੀ ਸੀ? ਸਾਨੂੰ ਵਿਚਾਰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਤੇ।